हेलो एवरीवन, लास्ट टाइम असाने करया सी स्फेरिकल पोलर कोऑर्डिनेट है ना, ते इदे विच असाने आर थीटा ते फाई दियां वेरिएशंस बारे ते इन्हां दे एंगल बारे है ना, किद नूं इनक्रीज़ करदा ते किद नूं डिक्रीज़ करदा असी ये गल करी सी। ते दिक्कत की आई, दिक्कत ये आई जो मैं वीडियो नूं दोबारा वेख रहा सी ते मैनूं इदां फील होया जिवें कि मैं धक्के जे नाल थोड़ा जिहा करवा रहा है ना, वी 3D फिगर सी सारा 2D ਦੇ ਵਿੱਚ ਸਮਝਣਾ ਥੋੜਾ ਮੁਸ਼ਕਿਲ ਲੱਗ ਰਿਹਾ। ਤੇ ਇੱਕ ਹੋਰ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਸਮਝਾਉਣ ਦੇ ਲਈ ਵੀ ਆਪਣਾ ਸਫੈਰੀਕਲ ਪੋਲਰ ਕੋਆਰਡੀਨੇਟ ਤੁਹਾਡਾ ਚੰਗੀ ਤਰ੍ਹਾਂ ਕਲੀਅਰ ਹੋ ਜਾਏ ਨਾ, ਤੇ ਉਹਦੇ ਲਈ ਮੈਂ ਤੁਹਾਨੂੰ ਇੱਕ ਹੋਰ ਉਪਰਾਲਾ ਲੈ ਕੇ ਆਇਆ। ਦੇਖੋ 3D ਆਪਾਂ ਨੂੰ 2D 'ਚ ਜਾਣ ਦੀ ਲੋੜ ਨਹੀਂ ਹੈਗੀ, ਆਪ ਤੁਹਾਡੇ ਲਈ ਮੈਂ 3D ਹੀ ਲੈ ਕੇ ਆਇਆ, ਠੀਕ ਹੈ। ਦੇਖੋ ਇਹ ਆਪਣੇ ਕੋਲ ਸਫੈਰੀਕਲ ਪੋਲਰ ਕੋਆਰਡੀਨੇਟ, ਆਪਾਂ ਇਹਦੇ ਤੋਂ ਆਸਾਨੀ ਦੇ ਨਾਲ ਸਮਝ ਸਕਦੇ ਹਾਂ, ਠੀਕ ਹੈ। ਇਹਦੇ ਸੈਂਟਰ 'ਤੇ ਹੁਣ ਪਹਿਲਾਂ ਜਿੰਨਾ ਇਮੈਜਿਨ ਨਹੀਂ ਕਰਨਾ ਪੈਣਾ, ਬਟ ਇਮੈਜਿਨ ਥੋੜ੍ਹਾ ਕਰਨਾ ਪੈਣਾ, ਠੀਕ ਹੈ। ਅੱਗੇ ਨਾਲੋਂ ਇਹਦੇ ਸੈਂਟਰ 'ਤੇ ਜਿਹੜਾ ਆਹ ਵਾਲਾ ਪੁਆਇੰਟ ਆ, ਇੱਥੋਂ ਜੈੱਡ ਐਕਸਿਸ ਨਿਕਲ ਰਿਹਾ ਸੈਂਟਰ ਤੋਂ, ਠੀਕ ਹੈ। ਇਹਦੇ ਸੈਂਟਰ ਤੋਂ ਉੱਪਰ ਬੰਨੀ ਨੂੰ ਜੈੱਡ ਐਕਸਿਸ ਨਿਕਲ ਰਿਹਾ, ਅਤੇ ਸੈਂਟਰ ਤੋਂ ਹੀ ਤੁਹਾਡੇ ਬੰਨੀ ਨੂੰ ਕਿਹੜਾ ਐਕਸਿਸ ਆ, ਐਕਸ ਐਕਸਿਸ ਆ। ਸੈਂਟਰ ਤੋਂ ਰਾਈਟ ਬੰਨੀ ਨੂੰ ਆਪਣਾ ਵਾਈ ਐਕਸਿਸ ਆ, ਤਿੰਨੋਂ ਐਕਸਿਸ ਹੋ ਗਏ ਆ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਸੀ ਆਰ ਥੀਟਾ ਫਾਈ ਦੀ, ਆਰ ਕਿੱਦਾਂ ਵੇਰੀ ਕਰਦਾ, ਥੀਟਾ ਕਿੱਦਾਂ ਵੇਰੀ ਕਰਦਾ, ਅਤੇ ਦੂਜੀ ਗੱਲ ਤੀਜੀ ਗੱਲ ਕਿਹੜੀ ਆਪਣੇ ਫਾਈ ਕਿੱਦਾਂ ਵੇਰੀ ਕਰਦੀ ਆ, ਠੀਕ ਹੈ। ਹੁਣ ਦੇਖੋ ਤੁਹਾਨੂੰ ਮੈਨੇ ਦੱਸਿਆ ਸੀ ਵੀ ਜੋ ਫਾਈ ਹੈ, ਸਭ ਤੋਂ ਪਹਿਲਾਂ ਆਪਾਂ ਫਾਈ ਦੀ ਗੱਲ ਕਰਦੇ ਹਾਂ, ਜੋ ਫਾਈ ਹੈ ਉਹ ਕੀ, ਫਾਈ ਦੀ ਨਹੀਂ ਗੱਲ ਕਰਦੇ, ਫਾਈ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਥੀਟੇ ਦੀ। ਥੀਟੇ ਦੀ ਗੱਲ ਕਰੀ ਸੀ ਅਸੀਂ ਵੀ ਜੋ ਸਾਡਾ ਪੁਆਇੰਟ ਆ ਉਹ ਜੈੱਡ ਐਕਸਿਸ ਨਾਲ ਐਂਗਲ ਬਣਾਉਂਦਾ, ਉਹਨੂੰ ਅਸੀਂ ਥੀਟਾ ਕਹਿੰਦੇ ਹਾਂ, ਠੀਕ ਹੈ। ਹੁਣ ਦੇਖੋ ਸਟੂਡੈਂਟਸ ਗੱਲ ਕੀ ਆ, ਇਹਦੇ ਆਹ ਪੁਆਇੰਟ ਰਾਹੀਂ ਦੀ ਸਾਡੇ ਕੋਲ ਸੈਂਟਰ ਤੋਂ ਜੈੱਡ ਐਕਸਿਸ ਨਿਕਲ ਰਿਹਾ, ਅਤੇ ਅਸੀਂ ਇੱਥੇ ਕੋਈ ਪੁਆਇੰਟ ਲੈਂਦੇ ਹਾਂ। ਮੰਨ ਲਓ ਸਾਨੇ ਆਹ ਪੁਆਇੰਟ ਲੈ ਲਿਆ, ਠੀਕ ਹੈ, ਆਹ ਸਾਡੇ ਕੋਲ ਪੁਆਇੰਟ ਹੈ ਪੀ, ਆਹ ਵਾਲਾ ਪੁਆਇੰਟ ਲੈ ਲਿਆ ਪੀ ਪੁਆਇੰਟ, ਠੀਕ ਹੈ। ਹੁਣ ਇਹ ਵਾਲਾ ਐਕਸਿਸ ਇੱਥੋਂ ਜੋ ਨਿਕਲ ਰਿਹਾ ਉਹ ਸੈਂਟਰ ਬੰਨੀ ਨੂੰ ਜਾ ਰਿਹਾ, ਅਤੇ ਇੱਥੋਂ ਇਹ ਵਾਲਾ ਪੁਆਇੰਟ ਸੈਂਟਰ ਨੂੰ, ਇਹ ਪੁਆਇੰਟ ਨੂੰ ਜਦੋਂ ਸੈਂਟਰ ਨਾਲ ਮਿਲਾਵਾਂਗੇ ਰੇਡੀਅਲ ਵੈਕਟਰ ਨਾਲ, ਉਹ ਵਾਲਾ ਐਂਗਲ ਆ ਸਾਡਾ ਥੀਟਾ। ਹੁਣ ਇਹ ਪੁਆਇੰਟ ਨੂੰ ਜਦੋਂ ਇੱਥੇ ਸ਼ਿਫਟ ਕਰ ਦਾਂਗੇ, ਦੇਖੋ ਇੱਥੇ ਸ਼ਿਫਟ ਕਰ ਦਿੱਤਾ, ਇਹ ਵਾਲਾ ਐਂਗਲ ਫਿਰ ਓਰੀਜਨ ਬੰਨੀ ਨੂੰ ਜਾਏਗਾ, ਠੀਕ ਹੈ, ਓਰੀਜਨ ਬੰਨੀ ਨੂੰ ਜਾਏਗਾ, ਓਰੀਜਨ 'ਤੇ ਜਾ ਕੇ ਮੀਟ ਕਰੇਗਾ, ਮਤਲਬ ਕਿ ਜੋ ਬਾਲ ਆ ਨਾ ਇਹਦੇ ਸੈਂਟਰ 'ਤੇ ਜਾ ਕੇ, ਇੱਧਰੋਂ ਐਕਸ ਐਕਸਿਸ ਵੀ ਸੈਂਟਰ 'ਤੇ ਮਿਲ ਰਿਹਾ, ਅਤੇ ਇੱਧਰੋਂ ਆਪਣਾ ਜੋ ਆਹ ਪੁਆਇੰਟ ਨੂੰ ਮਿਲਾਉਣ ਵਾਲਾ ਰੇਡੀਅਲ ਵੈਕਟਰ ਹੈ ਜੋ, ਠੀਕ ਹੈ, ਉਹ ਵੀ ਸਾਡਾ ਸੈਂਟਰ 'ਤੇ ਮਿਲ ਰਿਹਾ, ਦੋਨਾਂ ਦੇ ਵਿਚਾਲੇ ਜੋ ਐਂਗਲ ਹੋਏਗਾ ਸਾਡਾ, ਠੀਕ ਹੈ, ਉਹੀ ਉਹ ਸਾਡਾ ਥੀਟਾ ਹੋਏਗਾ। ਇਹ ਹੁਣ ਦੇਖੋ ਥੀਟਾ ਤੁਹਾਨੂੰ ਦੱਸਿਆ ਸੀ ਮੈਨੇ, ਹਰੇਕ ਵਾਰੀ ਜਿੱਥੇ ਵੀ ਪੁਆਇੰਟ ਮੂਵ ਕਰੀ ਜਾਊਗਾ ਸਾਡਾ ਥੀਟਾ ਜੋ ਚੇਂਜ ਹੋਈ ਜਾਊਗਾ। ਹੁਣ ਥੀਟੇ ਦੀ ਲਿਮਿਟ ਬਾਰੇ ਸਮਝਦੇ ਹਾਂ, ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਆ ਵੀ ਥੀਟੇ ਦੀ ਲਿਮਿਟ ਅਤੇ ਫਾਈ ਦੀ ਲਿਮਿਟ, ਕਿਉਂਕਿ ਦੋਨਾਂ ਦੀ ਐਂਗਲ ਆ, ਠੀਕ ਹੈ। ਥੀਟਾ ਦੇਖੋ ਵੱਧ ਤੋਂ ਵੱਧ ਇੱਥੇ ਜਦੋਂ ਆਹ ਜੈੱਡ ਐਕਸਿਸ ਆ ਇੱਥੋਂ ਨਿਕਲਿਆ, ਜੇ ਪੁਆਇੰਟ ਜੈੱਡ ਐਕਸਿਸ ਦੇ ਉੱਪਰ ਹੀ ਹੋਵੇ, ਆਹ ਜੈੱਡ ਐਕਸਿਸ ਨਿਕਲ ਰਿਹਾ ਪੁਆਇੰਟ ਵੀ ਜੈੱਡ ਐਕਸਿਸ ਦੇ ਉੱਪਰ ਹੀ ਹੋਵੇ, ਤਾਂ ਰੇਡੀਅਲ ਵੈਕਟਰ ਜੈੱਡ ਦੇ ਅਲੋਂਗ ਹੀ ਜਾਏਗਾ, ਇੱਕ ਦੂਜੇ ਦੇ ਉੱਪਰ ਆ ਜਾਣੇ ਆ, ਕਿ ਮਤਲਬ ਕਿ ਐਂਗਲ ਉਹਨਾਂ 'ਚ ਜ਼ੀਰੋ ਆ ਜਾਣਾ, ਮਤਲਬ ਕਿ ਮਿਨੀਮਮ ਲਿਮਿਟ ਜ਼ੀਰੋ ਆ ਥੀਟੇ ਦੀ। ਉਸ ਤੋਂ ਬਾਅਦ ਦੇਖੋ ਸਟੂਡੈਂਟਸ, ਜਿਵੇਂ ਜਿਵੇਂ ਅਸੀਂ ਨੀਚੇ ਨੂੰ ਜਾਈ ਜਾਵਾਂਗੇ, ਜਿਵੇਂ ਜਿਵੇਂ ਅਸੀਂ ਨੀਚੇ ਨੂੰ ਜਾਈ ਜਾਵਾਂਗੇ ਤਾਂ ਸਾਡਾ ਥੀਟਾ ਵਧੀ ਜਾਣਾ। ਮੈਕਸੀਮਮ ਥੀਟਾ ਕਿੱਥੇ ਤੱਕ ਆਏਗਾ, ਇੱਥੇ ਤੱਕ ਜੋ ਨੀਚੇ ਵਾਲਾ ਸੈਂਟਰ ਆ, ਜਦੋਂ ਇਹਨੂੰ ਐਕਸਿਸ ਨੂੰ ਕ੍ਰੋਸ ਕਰ ਦਾਂਗੇ, ਆਰ ਪਾਰ ਕਰ ਦਿਉ, ਇਹਦੇ ਆਰ ਪਾਰ ਕਰ ਦਿਉ, ਹੈ ਨਾ ਐਕਸਿਸ, ਇਹ ਥੀਟਾ ਵਧੀ ਜਾਏਗਾ ਨੀਚੇ ਜਾ ਕੇ, ਫਿਰ ਜਿਹੜਾ ਜੈੱਡ ਐਕਸਿਸ ਆ ਨੈਗੇਟਿਵ ਜੈੱਡ ਐਕਸਿਸ ਆ ਉਹਦੇ ਨਾਲ ਮੈਚ ਕਰ ਜਾਏਗਾ, ਠੀਕ ਹੈ, ਅਤੇ ਉੱਥੇ ਐਂਗਲ ਮੈਕਸੀਮਮ ਹੋ ਜਾਣਾ, 180 ਦਾ ਐਂਗਲ ਹੋ ਜਾਣਾ। ਜਦੋਂ ਹੁਣ ਉਸ ਤੋਂ ਬਾਅਦ ਕਿਤੇ ਕ੍ਰੋਸ ਕਰਿਆ ਜਾ ਕੇ, ਫਿਰ ਉਹ 180 ਤੋਂ ਘਟਣਾ ਸ਼ੁਰੂ ਹੋ ਜਾਣਾ, ਮਤਲਬ ਕਿ ਥੀਟੇ ਦੀ ਲਿਮਿਟ ਕੀ ਆ, ਮੈਕਸੀਮਮ 180 ਆ, 0 ਤੋਂ 180, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਫਾਈ ਦੀ। ਫਾਈ ਦੇਖੋ ਆਹ ਵਾਲਾ ਸਾਡੇ ਕੋਲ ਪੁਆਇੰਟ ਆ ਪੀ ਆਰ ਥੀਟਾ ਫਾਈ, ਅਤੇ ਆਹ ਆਪਣੇ ਕੋਲ ਜੈੱਡ ਐਕਸਿਸ ਆ, ਅਤੇ ਤੁਹਾਡੇ ਬੰਨੇ ਨੂੰ ਕਿਹੜਾ ਐਕਸਿਸ ਆ ਰਿਹਾ ਸੈਂਟਰ ਤੋਂ, ਐਕਸ ਐਕਸਿਸ। ਹੁਣ ਫਾਈ ਦੀ ਪ੍ਰੋਜੈਕਸ਼ਨ ਜਦੋਂ ਐਕਸ ਐਕਸਿਸ 'ਤੇ ਡੇਗਦੇ ਹਾਂ, ਹੈ ਨਾ, ਅਤੇ ਉਹ ਵਾਲੀ ਜੋ ਐਕਸ ਐਕਸਿਸ ਨਾਲ ਐਂਗਲ ਬਣਾ ਰਹੀ ਹੈ ਉਹਨੂੰ ਅਸੀਂ ਫਾਈ ਨਾਲ ਡਿਨੋਟ ਕਰਦੇ ਹਾਂ। ਹੁਣ ਜਦੋਂ ਆਹ ਵਾਲਾ ਪੁਆਇੰਟ ਐਕਸ ਐਕਸਿਸ ਦੇ ਉੱਪਰ ਹੀ ਪ੍ਰੋਜੈਕਸ਼ਨ ਚਲੀ ਗਈ, ਤੁਹਾਡੇ ਬੰਨੀ ਨੂੰ ਐਕਸ ਐਕਸਿਸ ਆ ਰਹੀ ਹੈ ਇਹ ਵਾਲੇ ਪੁਆਇੰਟ ਦੀ, ਐਕਸ ਐਕਸਿਸ ਦੇ ਉੱਪਰ ਹੀ ਪ੍ਰੋਜੈਕਸ਼ਨ ਚਲੀ ਗਈ, ਤਾਂ ਫਾਈ ਸਾਡਾ ਕਿੰਨਾ ਹੋ ਗਿਆ, 0 ਹੋ ਗਿਆ। ਹੁਣ ਅਸੀਂ ਇਹ ਪੁਆਇੰਟ ਨੂੰ ਥੋੜ੍ਹਾ ਜਿਹਾ ਮੂਵ ਕਰਵਾ ਦਿੱਤਾ ਇੱਧਰ ਨੂੰ, ਇੱਥੇ ਮੂਵ ਕਰਵਾ ਦਿੱਤਾ, ਠੀਕ ਹੈ, ਆਹ ਲਓ ਜੀ ਇੱਥੇ ਆ ਗਿਆ ਪੁਆਇੰਟ, ਠੀਕ ਹੈ। ਇਹ ਪੁਆਇੰਟ ਆ ਨਾ ਜੋ ਫਾਈ ਆ, ਇੱਥੇ ਸਰਕਲ ਦੇ ਵਿੱਚ ਹੀ ਮੂਵ ਕਰੂ, ਜਦੋਂ ਥੀਟਾ ਕੋਂਸਟੈਂਟ ਰਹੂਗਾ, ਦੇਖੋ
थीटा कॉन्सटेंट रहू, आर भी कॉन्सटेंट रहू, तो फाई चेंज कर रहा तो यह हमेशा सर्कल के मूव करूँ उपर दी वेख सकते हैं। इदा ही आईओ एक लोकस होएगा जो अपने को थीटा तो अपने आर आज कॉन्सटेंट रहेंगे सर्कल के जो ये राइट में शिफ्ट करा साडा फाई इनक्रीज होना शुरू हो गया क्योंकि जो आह पॉइंट तो असं प्रोजैक्शन डेगेंगे जोड़ा तो बनी एक्स एक्सिस आ रहा वो उपर प्रोजैक्शन डेगेंगे तो साडा फाई इनक्रीज हो ही जाना। ठीक है, उस तो बाद इनू असी फाई नू होर इत्थे लै गए पॉइंट। ठीक है, ये पॉइंट नू इत्थे लै गए, ये साडा होर पॉइंट आ, पहला पी टी पी डैश पी डबल डैश आ गया। ठीक है, इदा लगा लो इधर नू साडा केड़ा एक्सिस जा रहा थी, वाई एक्सिस जा रहा थी, तुहाडे बन्ने नू एक्स एक्सिस आ रहा, जदों हुण इहदी प्रोजैक्शन डेगांगे कल ते जाऊगी वाई एक्सिस ते जाऊगी। हुण वाई एक्सिस किन्ना एंगल बना रहा एक्स एक्सिस नाल 90 डिग्री का। ठीक है, उदा ही हूँ जिमें जिमें पॉइंट में असं इधर मूव करवाई जाने उदा उदा सा फाई वधी जा रहा। जिमें थानू मैं कल कह रहा भी परले पासे जाई जाते मैं इतने थोड़ा ऑड लग्या भी मैं थानू कह रहा भी परले पासे जदों पॉइंट जाता तो साडा फाई इनक्रीज करता, वो इो गल जो हूँ पॉइंट साडा परले पासे इतों इधर मूव नहीं कर रहा। देखो जो साडा पॉइंट इधर मूव करेगा तो साडा फाई इनक्रीज हो रहा। ठीक है, हूँ जो घूमन तो बाद इतने चले गया हाफ रोटेशन होगी मगरले पासे चला गया इतने चला गया इतने देखो है ना पॉइंट। हूँ देखो एंगल किन्ना होगा ये वन इनू एक्स एक्सिस आ रहा इधर असी प्रोजैक्शन डेगी तो 180 का एंगल हो जाना। ठीक है, उस तो बाद फिर यह घूम के साढ़े को पॉइंट के उपर आ गया। ठीक है, एक सर्कल का पाथ फॉलो करता जो जो फाई वेरी करूँ फाई वेरी करूँ जो कला सर्कल का पाथ वेरी करूगा पाथ फॉलो करूगा। ठीक है, जदों यह घूम के पॉइंट इतने आ गया तो मैक्सीम एंगल किन्ना होया साडा फाई किन्ना हो गया इतों तो जो एक सर्कल का घेरा पूरा हो जाता किन्ना एंगल बन जाता 2π हो जाता। जो 0 तो शुरू होया मैक्सीम लिमिट कि 2π मतलब कि फाई की लिमिट की हुई साड़ी 0 to 2π, थीटा की लिमिट की हुई 0 to π, इतों तो इतने तक एंगल 0 to π तो इतों पूरा चक्कर इन्हें पूरा कर फाई जो ये 0 to 2π हो गया। ठीक है, हूँ देखो गल करते हैं आर की, आर कदों वेरी करता, आर जो ये उपर आ। ठीक है, बाल के उपर ही पॉइंट आ साढ़े को आर आओ। ठीक है, उस डी आर कल कर डी आर वधाया सी वो पॉइंट इतों बहर न आ गया इतने आ गया डी आर चेंज इतों आई आ एक बार एक होर बाल आ जरा बहर होर स्फीयर है एक। ठीक है, बाहर आले दुआले एक होर स्फीयर आ जो डी आर चेंज आई वो तो वह पहले सफीयर से आ गया जो इमेजिनरी सफीयर जो इमेजिन कर रहे हो। ठीक है, उस तो बाद एक होर सफीयर आ फिर एक उद्दे इनक्रीज़ हो गया है ना होर दोनों चीज़ा थीटा तो फाई कॉन्सटेंट रह रहे हैं। थीटा इतने जिन्ना इतने थीटा बन रहा इतने थीटा किन्ना बन रहा है अपना जो भी बन रहा है अपने कोई इतने प्रॉपर मैनसन नहीं है जो भी बन रहा इतने चाहे इनू जो असं वार बार करी जावे इतों पॉइंट बहर करी जावे पाथ लाइन तो उइयो जाके मिलेगी अपने ओरिजन नू। ठीक है, तो मतलब कि एंगल थीटा सेम रहूगा तो फाई एंगल तो जो फाई एंगल कदों वेरी करता जो सर्कल के उपर मूव करता बट असी इनू सर्कल के उपर मूव नहीं करा रहे यहाँ रेडियल वैक्टर ही कला वधा रहे हैं इतने पहला सर्कल दूजा सर्कल तीजा सर्कल सर्कल नहीं सॉरी सफीयर सफीयर ये उपर उपर सफीयर ने परतं समझी जाओ उपर उपर जिमें जिमें उपर जाई जाऊ सफीयर तो वधी जाऊगा मतलब कि रेडियल वैक्टर है जो साडा वधी जाऊगा। ठीक है, इहो थी साढ़े आर थीटा फाई की कहानी है। हुण आपां करदे हां डायरैक्शन की भी डायरैक्शन हरेक पॉइंट लई वक्खरी हुंदी आ हरेक पॉइंट लई डायरैक्शन आर थीटा फाई की वक्खरी हुंदी आ। हुण आ पॉइंट की गल करदे हां ए पॉइंट ते आर की डायरैक्शन कीहड़ी आ ये पॉइंट से आर की डायरैक्शन इधर बन्नी नू असी कल डिस्कस कर आर की डायरैक्शन उही डायरैक्शन होगी जी ओ पी नू मिलाऊगी ओ पी की डायरैक्शन आ जो ओ मतलब कि सेंटर है जिथे सेंटर सेंटर तो ओ पी नू मिला रही है उही डायरैक्शन असी आर की होगी इतों साड़ी आर की डायरैक्शन आ वाली होगी। ठीक है, इतों मैं मार्कर नाल दिखाउणा तुहानू आ वाली डायरैक्शन जदों पॉइंट हुण इत्थे चला गया फिर डायरैक्शन कीहड़ी होगी साड़ी आ वाली होगी जदों पॉइंट पिछे चला गया साडा ये वाली जिमें जिमें पॉइंट चेंज हो ही जाता डायरैक्शन साड़ी चेंज हो ही जाती है। यही तुहानू कल दस्या सी भी हरेक पॉइंट लई हरेक यूनिट वैक्टर की डायरैक्शन वक्री होगी। ठीक है, ये डायरैक्शन वेरी करती है इदा ही गल आर थीटा फाई की है। ठीक है,
सॉरी आर तो दिखा दिता, थीटा फाइव भी इदा ही वेरी करता जिमें जिमें पॉइंट चेंज हो जाऊगा, अपना डायरैक्शन है जो चेंज हो जाऊगी, बट मैगनीट्यूड कॉन्सटेंट रहा। कार्टीजन के होंदा सी, कार्टीजन के होंदा सी अपना मैगनीट्यूड तो अपने दोनों ही डायरैक्शन कॉन्सटेंट रहिंदी थी, बट ये चेंज हो जाती है। ठीक है, उम्मीद है तुहानू चंगी तरह समझ आ गया होना। टैलीग्राम का लिंक डिस्क्रिप्शन के दिता होया, जुड़ना चाहते हो तो तुसीं उत्थे जाके लिंक ज्वाइन कर सकते हो। धन्यवाद।